मामले विच पुलिस नू तीजी सफलता हाथ लगी है। पुलिस ने सुरमू नां दे इक मुलजम नू गिरफ्तार कीता है जो कि कठुआ जम्मू कश्मीर दा रहण वाला है। दस दे कि इस मामले विच हुण तक तीन मुलजम गिरफ्तार हो चुके ने अते हले भी कुछ मुलजमां दी गिरफ्तारी होनी बाकी है। फिलहाल पुलिस दोषी नू अदालत विच पेश कर उसका रिमांड हासिल करेगी। चॉकलेट डे दे उत्ते जिहड़ा रेप होया सी FIR नंबर 17/19 PS दाखा ਉਹਦੇ 'ਚ ਜਿਵੇਂ ਰਾਤ ਕੱਲ੍ਹ ਜਗਰੂਪ ਸਿੰਘ ਦੀ ਅਰੈਸਟ ਹੋ ਗਈ ਸੀ ਲੇਟ ਨਾਈਟ। ਉਸ ਤੋਂ ਬਾਅਦ ਹੁਣ ਥੋੜ੍ਹੀ ਦੇਰ ਪਹਿਲਾਂ, ਹੁਣ ਤੋਂ ਲਗਭਗ ਡੇਢ ਦੋ ਘੰਟੇ ਪਹਿਲਾਂ, ਤਾਂ ਜਿਹੜਾ ਸੁਰਮੂ ਹੈ ਇੱਕ ਹੋਰ ਵਾਂਟਡ ਸੀ। ਸੁਰਮੂ ਟਿੱਬੇ ਏਰੀਏ ਦਾ ਸੀ ਪਰ ਹੈ ਗੁੱਜਰ ਬਰਾਦਰੀ ਦਾ ਸੀ। ਅਤੇ ਇਹਦੀ ਜਿਹੜੀ ਇਨਫੋਰਮੇਸ਼ਨ ਸੀ ਜਿਹੜਾ ਸਾਦਿਕ ਅਲੀ ਤੋਂ, ਇਹ ਤਾਂ ਕਲੀਅਰ ਤਾਂ ਹੋਏਗੀ ਸੀ ਕਿਹੜੇ ਕਿਹੜੇ ਬੰਦੇ ਆ। ਤਾਂ ਉਹਦੇ ਵਿੱਚ ਸੁਰਮੂ ਨੂੰ ਜਿਹੜਾ ਸਾਨੂੰ ਇਹ ਜਿੱਥੇ ਜਿੱਥੇ ਅਸੀਂ ਰੇਡ ਕੀਤਾ ਸੀ ਉੱਥੋਂ ਇਹ ਇਨਫੋਰਮੇਸ਼ਨ ਸੀ ਕਿ ਉਹ ਕਠੂਆ ਏਰੀਏ 'ਚ J&K 'ਚ ਗਿਆ ਹੋਇਆ ਸੀ। ਅਤੇ J&K ਸਾਡੀਆਂ ਪਾਰਟੀਆਂ ਗਈਆਂ ਸੀ, ਉੱਥੇ ਵੀ ਕਈ ਜਗ੍ਹਾ ਦੇ ਉੱਤੇ ਰੇਡਸ ਕੀਤੇ ਸੀ। ਤਾਂ ਅਲਟੀਮੇਟਲੀ ਉੱਥੋਂ ਪਤਾ ਲੱਗਿਆ ਸੀ ਕਿ ਵਾਪਸ ਮੁੜ ਗਿਆ ਰਾਤ ਦਾ ਚੱਲਿਆ ਹੋਇਆ। ਅਤੇ ਸਾਡੀ ਜਿਹੜੀ ਨਾਕਾਬੰਦੀ ਕੀਤੀ ਹੋਈ ਸੀ, ਚੱਕ ਕਲਾਂ ਪਿੰਡ ਹੈ ਪਿਛਲੇ ਪਾਸੇ, ਇਹਦੇ ਵਿੱਚ ਇਹ ਜਿਹੜਾ ਉੱਥੋਂ ਸਾਡੀ ਪੁਲਿਸ ਪਾਰਟੀ ਨੇ ਇਹਨੂੰ ਰਾਊਂਡ ਅਪ ਕੀਤਾ ਅਤੇ ਰਾਊਂਡ ਅਪ ਕਰਕੇ ਸੁਰਮੂ ਨੂੰ ਵੀ ਅਰੈਸਟ ਕਰ ਲਿਆ। ਨਹੀਂ, ਹੁਣ ਇਹ ਔਨ ਦਾ ਵੇ ਸੀ ਉੱਥੇ। ਇਹਦੀ ਜਿਹੜਾ ਕੱਲ੍ਹ ਪਰਸੋਂ ਇਹ ਦੋ ਰਾਤਾਂ J&K 'ਚ ਕਠੂਆ ਏਰੀਏ 'ਚ ਲਾ ਕੇ ਆਇਆ। ਹਾਂਜੀ ਹਾਂਜੀ, ਸੁਰਮੂ ਚੱਕ ਕਲਾਂ ਦੇ ਪਰਲੇ ਪਾਸੇ ਜਿਹੜੀ ਰਸਤਾ ਆਉਂਦਾ ਮੱਲਾਂ ਦਾ ਲੋਡੂ ਵਾਲ ਤੋਂ ਥੱਲੇ ਉਤਰਿਆ ਹੋਣਾ ਇੱਧਰ ਨੂੰ ਜਾ ਰਿਹਾ ਅੱਜ, ਮਤਲਬ ਉੱਥੇ ਜਾ। ਹੁਣ ਸਾਡੀਆਂ ਰਾਤ ਦੀਆਂ ਪਾਰਟੀਆਂ, ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੀਆਂ ਕੁਝ ਪਾਰਟੀਆਂ ਬਾਹਰ ਵੀ ਨੇ J&K 'ਚ ਵੀ ਨੇ। ਤਾਂ ਉੱਥੋਂ ਕੱਲ੍ਹ ਸ਼ਾਮ ਦਾ ਰਾਤ ਦਾ ਇਹ ਉੱਥੋਂ ਨਿਕਲਿਆ ਹੋਇਆ ਸੀ, ਇਹਨੂੰ ਜਦ ਉੱਥੇ ਪਤਾ ਲੱਗ ਗਿਆ ਸੀ ਵੀ ਰੇਡ ਹੋ ਰਹੇ ਨੇ। ਹੁਣ ਟੋਟਲ 3 ਅਰੈਸਟ ਨੇ, ਹੁਣ ਟੋਟਲ 3 ਨੇ ਜੀ, 3 ਹਾਲ ਦੀ ਕੜੀ ਰਹਿ ਰਹੇ ਨੇ, ਬਾਕੀ ਆ ਜਿਹੜੇ 3 ਫੜ ਲਏ ਨੇ, ਬਾਕੀਆਂ ਦੇ ਉੱਤੇ ਵੀ ਰੇਡ ਪਾਰਟੀ ਚੱਲੀਆਂ। ਇਹ ਕਲੀਅਰ ਹੋ ਗਿਆ ਕਿ ਟੋਟਲ 6 ਹੀ ਸੀਗੇ ਅਕਿਊਜ਼ਡ। ਦੇਖੋ ਇਸ ਕੇਸ ਦੇ ਵਿੱਚ ਤਾਂ 6 ਹੀ ਹਾਲੇ ਤੱਕ ਸਾਹਮਣੇ ਆ ਰਹੇ ਨੇ, ਪਰ ਗੈਂਗ ਵੱਡਾ। ਹੁਣ ਦੇਖੋ ਜਗਰੂਪ ਸਿੰਘ ਇਹਨਾਂ ਦਾ ਹੈੱਡ ਸੀ, ਉਹਨੂੰ ਅਸੀਂ ਉਹਦੀ ਸਸਟੇਨਡ ਇੰਟਰੋਗੇਸ਼ਨ ਚੱਲ ਰਹੀ ਆ ਅਤੇ ਹੁਣ ਅਸੀਂ ਥੋੜ੍ਹੀ ਦੇਰ 'ਚ ਪੇਸ਼ ਕਰਨ ਲਿਜਾਣਾ ਉਹਨਾਂ ਨੂੰ ਜੱਜ ਸਾਹਿਬ ਦੇ ਅੱਗੇ। 3 ਨੂੰ ਲੈ ਕੇ ਜਾਵਾਂਗੇ, DSP ਰੈਡੀ ਅਤੇ ਪੁਲਿਸ ਪਾਰਟੀਆਂ ਤਿਆਰ ਨੇ ਜਿਹੜੀਆਂ ਲੈ ਕੇ ਜਾਣਗੀਆਂ, ਅਤੇ ਅਸੀਂ ਉੱਥੇ ਇਹਨਾਂ ਦਾ ਪ੍ਰੋਪਰ ਰਿਮਾਂਡ ਮੰਗਾਂਗੇ ਤਾਂ ਕਿ ਸਾਰਾ ਕੁਝ ਕਰੇ ਜਾਣ। ਪਰ ਇੱਕ ਗੱਲ ਬੜੀ ਕਲੀਅਰ ਹੈ, ਜੇ ਮੈਂ ਉਸ ਦਿਨ ਵੀ ਕਿਹਾ ਸੀ ਆ ਜਾਵੇ, ਇਹ ਕੋਈ ਵਨ ਆਫ ਕੇਸ ਨਹੀਂ ਹੈ। ਪਹਿਲਾਂ ਇੱਥੇ ਕੇਸ ਇਸ ਇਲਾਕੇ 'ਚ ਹੁੰਦੇ ਰਹੇ ਨੇ ਅਤੇ ਕਈ ਅਨਰਿਪੋਰਟਡ ਗਏ ਨੇ ਡਿਊ ਟੂ ਸੋਸ਼ਲ ਸਟਿਗਮਾ ਜਾਂ ਆਪਣੀ ਜਿਹੜੀ ਸੋਸ਼ਲ ਸਿਕਿਉਰਿਟੀ ਹੁੰਦੀ ਉਹਦੇ ਕਰਕੇ। ਬਟ ਡੈਫੀਨੇਟਲੀ ਜਿਹੜੇ ਵੀ ਕੋਈ ਬੰਦੇ ਇਹਨਾਂ ਦੇ ਗੈਂਗ 'ਚ ਹੋਣਗੇ, ਚਲੋ ਇਹਦੇ 'ਚ ਤਾਂ ਡਾਇਰੈਕਟਲੀ 'ਚ ਤਾਂ 6 ਨੇ, ਹੋਰ ਵੀ ਜਿਹੜੇ ਇਹ ਹੋਣਗੇ ਛੱਡਾਂਗੇ ਨਹੀਂ। ਸਰ ਹੁਣ ਕਿਸ ਤਰ੍ਹਾਂ ਦੀ ਉੱਥੇ ਪੈਟਰੋਲਿੰਗ ਤੁਸੀਂ ਕਿਸ ਤਰ੍ਹਾਂ ਦੀ ਕਰ ਰਹੇ ਹੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ? ਦੇਖੋ ਆਇਆ ਮੇਰੀ ਰਾਤ ਕਮਿਸ਼ਨਰ ਸਾਹਿਬ ਨਾਲ।